ਕਰਦੇ ਕੁਛ ਆ। ਪਿਛਲੀ ਵਾਰ ਵੇਖੋ ਜਦੋਂ ਆਪ ਆਦਮੀ ਸਰਕਾਰ ਬਣੀ ਸੀ ਅਤੇ ਕਿਸੇ ਨੂੰ ਉਮੀਦ ਨਹੀਂ ਸੀ ਕਿ 92 ਸੀਟਾਂ ਆ ਜਾਣਗੀਆਂ ਕਿਉਂਕਿ ਕਾਂਗਰਸ ਨੂੰ ਦੇ ਰਹੇ ਬਹੁਮਤ। ਇਸ ਕਰਕੇ ਕੋਈ ਮਤਲਬ ਵੋਟਰ ਦਾ ਕਿਸੇ ਨੂੰ ਕੁਛ ਨਹੀਂ ਪਤਾ। ਜਿਵੇਂ ਇੰਡੀ ਗਠਬੰਧਨ ਬਾਕੀ ਸੂਬਿਆਂ 'ਚ ਬਣਿਆ, ਮੇਰੇ ਵਿਚਾਰ ਨਾਲ ਉਹ ਗਠਬੰਧਨ ਇੱਥੇ ਵੀ ਹੋਣਾ ਚਾਹੀਦਾ ਸੀਗਾ। ਜੇ ਇੱਕ ਅੱਧੀ ਸੀਟ ਦੋ ਚਾਰ ਬਾਹਰ ਜਾ ਰਹੀਆਂ ਅਤੇ ਉਹ ਵੀ ਸਾਰੀਆਂ 13 ਦੀਆਂ 13 ਇੱਕੋ ਪਾਸੇ ਜਾਂਦੀਆਂ। ਬਹੁਤ ਕੰਮ ਕੀਤਾ ਕਿਸਾਨਾਂ ਦੇ ਮੁੱਦੇ ਦੇ ਉੱਤੇ, ਉਹਨਾਂ ਡੇਢ ਦੋ ਮਹੀਨੇ ਮੇਰਾ ਖਿਆਲ ਜੰਤਰ ਮੰਤਰ 'ਤੇ ਧਰਨਾ ਲਾਈ ਰੱਖਿਆ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਅਤੇ ਲੋਕ ਸਭਾ ਦੀ ਇਲੈਕਸ਼ਨ ਦਾ ਆਗਾਜ਼ ਹੋ ਚੁੱਕਿਆ ਅਤੇ ਅੱਜ ਜਨਤਾ ਦੀ ਕਚਹਿਰੀ ਵਿੱਚ ਪਹੁੰਚੇ ਹਾਂ ਅੰਮ੍ਰਿਤਸਰ ਦੇ ਕੰਪਨੀ ਬਾਗ ਸ਼੍ਰੀ ਗੁਲਾਮਦਾਸ ਨਗਰੀ ਵਿੱਚ ਅਤੇ ਲੋਕਾਂ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਜਿਹੜੀ ਜਨਤਾ ਵਾ ਜਨਾਰਦਨ ਹੁੰਦੀ ਆ ਅਤੇ ਇਹਨਾਂ ਹੀ ਜਨਤਾ ਦੇ ਸਿਰਾਂ ਤੋਂ ਜਿਹੜੀਆਂ ਸਰਕਾਰਾਂ ਬਣਦੀਆਂ ਨੇ ਅਤੇ ਸਰਕਾਰਾਂ ਡਿੱਗਦੀਆਂ ਨੇ। ਗੱਲਬਾਤ ਕਰਾਂਗੇ ਵੀਰਾਂ ਦੇ ਨਾਲ। ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦਾ ਕੰਪਨੀ ਬਾਗ ਆ ਜਿੱਥੇ ਕਿ ਲੋਕ ਸੈਰ ਕਰਨ ਵਾਸਤੇ ਆਉਂਦੇ ਨੇ ਅਤੇ ਇੱਥੇ ਹੀ ਬਹਿ ਕੇ ਜਿਹੜੀ ਹੈ ਚਰਚਾਵਾਂ ਹੁੰਦੀਆਂ ਨੇ ਵੀ ਕਿਹੜੀ ਸਰਕਾਰ ਬਣੇਗੀ ਅਤੇ ਕਿਹੜੀ ਸਰਕਾਰ ਡਿੱਗੇਗੀ। ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ। ਹਾਂਜੀ ਵੀਰ ਜੀ, ਕੀ ਨਾਮ ਤੁਹਾਡਾ? ਮੇਰਾ ਰਾਜ ਸ਼ਰਮਾ ਜੀ। ਰਾਜ ਸ਼ਰਮਾ ਜੀ, ਲੋਕ ਸਭਾ ਇਲੈਕਸ਼ਨ ਚੱਲ ਰਹੀ ਆ, ਕਿਸ ਤਰ੍ਹਾਂ ਦੇ ਦਿਓ, ਕਿਹਦੀ ਆ ਕਿ ਜ਼ਿਆਦਾ ਹਵਾ ਵਾ, ਕਿਹਨੂੰ ਲੱਗਦਾ ਪਿਆ ਕਿ ਜਿਹੜਾ ਸਰਕਾਰ ਬਣਾ ਸਕਦੇ ਜਾਂ MP ਬਣ ਸਕਦਾ? ਦੇਖੋ ਜੀ, ਜ਼ੋਰ ਤਾਂ ਸਾਰੇ ਲਗਾ ਰਹੇ ਨੇ, ਪਰ ਮੈਂ ਤਾਂ ਵੇਖਦਾ ਭਾਰਤੀ ਜਨਤਾ ਪਾਰਟੀ ਇਸ ਟਾਈਮ BJP ਦਾ ਰੁਝਾਨ ਲੋਕਾਂ ਦਾ ਹੈ, ਕਿਉਂਕਿ ਉਹਨਾਂ ਨੇ ਜਿਹੜੇ ਮੁੱਦੇ ਨੇ ਬਹੁਤ ਮੁੱਦਿਆਂ ਦੇ ਵਿੱਚ ਉਹ ਕਾਮਯਾਬ ਹੋਏ ਨੇ। 370 ਸ਼੍ਰੀ ਰਾਮ ਮੰਦਿਰ ਦਾ ਅਤੇ ਹੋਰ ਵੀ ਕਈ ਤਰ੍ਹਾਂ ਦੇ ਮੁੱਦੇ ਨੇ, ਨਾਲੇ ਜਿਹੜੇ ਸਾਡੇ MP ਸਾਹਿਬ ਜਿਹੜੇ ਖੜ੍ਹੇ ਨੇ ਉਹ ਬਹੁਤ ਵਧੀਆ ਪੜ੍ਹੇ ਲਿਖੇ ਸੂਝਵਾਨ। ਕੀ ਲੱਗਦਾ ਜਿਵੇਂ ਵੀ ਪਹਿਲੇ ਵੀ ਦੋ ਵਾਰੀ ਭਾਜਪਾ ਨੂੰ ਲੋਕਾਂ ਨੇ ਨਹੀਂ ਕਹਿ ਲਓ ਪਿਸਪਾਟ ਕੀਤਾ, ਇਨਕਾਰ ਦਿੱਤਾ ਗਿਆ, ਜਿਵੇਂ ਅਰੁਣ ਜੇਤਲੀ ਜੀ ਸੀ, ਪੁਰੀ ਸਾਹਿਬ ਸੀ, ਕੀ ਲੱਗਦਾ ਵੀ ਹੁਣ ਹੈ ਕਿ ਜਿਹੜੇ ਡਾਕਟਰ ਦਵਿੰਦਰ ਸਿੰਘ ਸੰਧੂ ਨੂੰ ਲੋਕ ਪਿਆਰ ਕਰਨਗੇ, ਭਾਜਪਾ 'ਚ ਲੋਕ ਵੱਧ ਤੋਂ ਵੱਧ ਜੁੜਨਗੇ? ਦੇਖੋ ਜੀ, ਜੁੜਨਾ ਚਾਹੀਦਾ, ਮੈਂ ਤਾਂ ਇਹ ਕਹਿੰਦਾ ਕਿ ਜੁੜਨਾ ਚਾਹੀਦਾ। ਦੇਖੋ ਜੀ, ਪੰਜਾਬ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਕੀ ਬਣ ਰਹੇ, ਸਾਨੂੰ ਇੱਥੇ ਕੋਈ ਕੈਂਡੀਡੇਟ ਚਾਹੀਦਾ, ਕੋਈ ਪੜ੍ਹਿਆ ਲਿਖਿਆ ਵਧੀਆ ਕੈਂਡੀਡੇਟ ਚਾਹੀਦਾ। ਜੇ ਆਪਾਂ ਪੜ੍ਹਿਆ ਲਿਖਿਆ ਕੈਂਡੀਡੇਟ ਵੇਖਦੇ ਹਾਂ ਤਾਂ ਸਾਨੂੰ ਸਿਰਫ BJP ਦਾ ਕੈਂਡੀਡੇਟ ਹੀ ਸਾਨੂੰ ਵਧੀਆ ਲੱਗਦਾ, ਅਤੇ ਸਾਨੂੰ ਚਾਹੀਦਾ ਕਿ ਆਪਾਂ ਨੂੰ ਉਹਨੂੰ ਵੱਧ ਤੋਂ ਵੱਧ ਵੋਟਾਂ 'ਤੇ ਜਿਤਾਈਏ। ਅਤੇ ਮੈਨੂੰ ਦੱਸੋ ਵੀ ਔਜਲਾ ਸਾਹਿਬ ਦੀ ਗੱਲ ਕਰੀਏ, ਔਜਲਾ ਸਾਹਿਬ ਜਿਹੜੇ ਕਿ ਦੋ ਵਾਰੀ ਸੰਸਦ ਬਣ ਚੁੱਕੇ ਨੇ, ਉਹਨਾਂ ਦੇ ਕਾਰਜਕਾਲ ਨੂੰ ਕਿਸਾ ਦੇ ਦਿਓ, ਉਹਨਾਂ ਦੇ ਕੰਮਕਾਰ ਨੂੰ ਕਿਸਾ ਦੇ ਦਿਓ? ਔਜਲਾ ਸਾਹਿਬ ਦਾ ਕੰਮਕਾਜ ਦੇ ਮੁਤਾਬਿਕ ਤਾਂ ਉਹਨਾਂ ਨੇ ਬਹੁਤ ਘੱਟ ਕੰਮ ਕੀਤੇ ਨੇ। ਕੋਈ ਵੀ ਵੇਖ ਲਓ ਤੁਸੀਂ, ਗੰਦੇ ਨਾਲੇ ਦਾ ਪ੍ਰੋਸੀਜਰ ਵੇਖ ਲਓ, ਜਿੱਥੇ ਉਹ ਆਪ ਰਹਿ ਰਹੇ ਨੇ ਉਹ ਜਗ੍ਹਾ ਨੂੰ ਆਪ ਨਹੀਂ ਕਰ ਸਕੇ ਉਹ। ਦੇਖੋ ਨਾ, ਜੋਸ਼ੀ ਸਾਹਿਬ ਨੇ ਵੀ ਮੁੱਦਾ ਉਠਾਇਆ ਸੀ ਕਿ ਇਹ ਹੁਣ ਉੱਥੇ ਆਪਣੀ ਲਾਗੇ ਰਹਿ ਕੇ ਵੀ ਉਹਨਾਂ ਨੇ ਆਪਣਾ ਨਾਲੇ ਦਾ ਪ੍ਰੋਸੈਸ ਜਿਹੜਾ ਉਹ ਨਹੀਂ ਕਰ ਸਕੇ ਠੀਕ। ਅਤੇ ਮੈਂ ਵੇਖਦਾ ਹੋਰ ਵੀ ਕੋਈ ਸੜਕਾਂ ਦਾ ਵੀ ਮੁੱਦਾ ਵੇਖ ਲਈਏ ਜਾਂ ਕੋਈ ਹੋਰ ਵੀ ਵਪਾਰ ਹੈ, ਜੇ ਵਪਾਰ ਵੇਖ ਲਈਏ ਤਾਂ ਇੰਨੇ ਸਾਲ ਹੋ ਗਏ ਕੋਈ ਖਾਸ ਵੱਡਾ ਉਹਨਾਂ ਨੇ ਵਰਕ ਕੰਮ ਕੀਤਾ ਨਹੀਂ ਕੋਈ ਮਤਲਬ ਜਿਹੜਾ। ਪਰ ਕਿਸ ਤਰ੍ਹਾਂ ਦੇ ਦਿਓ ਭਾਜਪਾ ਨੂੰ, ਜੇ ਗੱਲ ਕਰੀਏ ਪੰਜਾਬ ਵਿੱਚ ਕਾਫੀ ਉਹਨਾਂ ਦਾ ਵਿਰੋਧ ਵੀ ਹੁੰਦਾ ਵਾ ਜਿੱਥੇ ਜਾਂਦੇ ਹੋਏ ਤਾਂ ਨਹੀਂ ਸੰਧੂ, ਕਿ ਲੱਗਦਾ ਨਹੀਂ ਕਿਤੇ ਕਿਤੇ ਇਹ ਚੀਜ਼ ਦਾ ਵੀ ਜਿਹੜਾ ਖੰਭਿਆ ਜਾਣ ਨੂੰ ਕਿਤੇ ਭੁਗਸਾ ਨਾ ਮਿਸਰਾ? ਦੇਖੋ ਜੀ, ਹੁਣ ਸਾਰੇ ਕੈਂਡੀਡੇਟ 'ਤੇ ਲੱਗੇ ਆ, ਜੋ ਸਾਰੇ ਵੱਲੋਂ ਲੱਗਣਾ ਠੀਕ ਹੈ। ਬਾਕੀ ਇਹ ਕਿ ਸ਼੍ਰੀ ਰਾਮ ਮੰਦਿਰ ਦਾ ਅਤੇ ਬਾਕੀ ਅਯੋਧਿਆ, ਇਹ ਸਾਡਾ ਹਿੰਦੂ ਵੋਟ ਦੇ ਨਾਲ ਆਪਾਂ ਸਿੱਖ ਭਰਾ ਵੀ ਕਾਫੀ ਜੁੜ ਰਹੇ ਨੇ ਹੁਣ ਤਾਂ ਸਭ BJP ਦੇ ਨਾਲ, ਅਤੇ ਪਰ ਇਹ ਕੋਸ਼ਿਸ਼ ਆ ਕਿ ਸ਼ਾਇਦ ਐਤਕੀ ਅੱਗੇ ਕਾਫੀ ਨਹੀਂ ਕਾਫੀ ਮਾਰਜਨ ਜਿਹੜਾ ਥੋੜ੍ਹਾ ਰਹੇਗਾ। ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਹਰ ਇੱਕ ਦੀ ਆਪਣੀ ਆਪਣੀ ਜਿਹੜੀ ਰਾਏ ਆ, ਅਤੇ ਕੋਈ ਕਹਿ ਰਿਹਾ ਵੀ ਭਾਜਪਾ ਦੇ ਤਾਂ ਸੰਧੂ ਜਿਹੜੇ ਕਿ ਉਹ MP ਬਣ ਸਕਦੇ ਜੀ, ਉਹ ਵੀ ਗੱਲਬਾਤ ਕਰਾਂਗੇ ਬਾਊ ਜੀ ਨਾਲ। ਬਾਊ ਜੀ, ਦੋ ਲੈਣਾ ਵੀ ਦੱਸ ਦਿਓ ਅਤੇ ਚਲੋ ਹੋਰ ਜਿਹੜੇ ਸਾਡੇ ਅੰਮ੍ਰਿਤਸਰ ਦੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ ਸਰ ਜੀ, ਕੀ ਨਾਂ ਤੁਹਾਡਾ? ਮੇਰਾ ਨਾਂ ਸੁੱਚਾ ਸਿੰਘ ਜੀ। ਸੁੱਚਾ ਸਿੰਘ ਜੀ, ਕਿਸ ਤਰ੍ਹਾਂ ਦੇ ਦਿਓ, ਕਿਹੜਾ MP ਬਣ ਸਕਦਾ ਵਾ, ਕਿਹੜਾ ਬਾਈ ਬਣ ਸਕਦਾ? ਵੇਖੋ ਜੀ, ਜ਼ੋਰ ਤਾਂ ਵਾਕਈ ਇਹਨਾਂ ਦੀ ਗੱਲ ਸੁਣੋ, ਸਾਰੇ ਬੰਦੇ ਜ਼ੋਰ ਲਾ ਰਹੇ ਨੇ। ਬਾਕੀ ਵੇਖੋ ਅਕਾਲ ਪੁਰਖ ਕਿਹਦੇ ਉੱਤੇ ਸਿਹਰਾ ਵੱਜਦਾ, ਇਹਦੇ ਟਾਈਮ ਦੱਸੂਗਾ। ਬਾਕੀ ਤੁਹਾਨੂੰ ਕੀ ਲੱਗਦਾ ਹਵਾ ਕਿਹੜੇ ਪਾਸੇ ਆ, ਕਿ ਹਵਾਦਾਰ ਉਹ ਕਿਹੜੇ ਪਾਸੇ ਆ, ਬੰਦੇ ਨੂੰ ਲੱਗ ਹੀ ਜਾਂਦਾ ਪਤਾ, ਤੁਸੀਂ ਵੀ ਲੋਕਾਂ 'ਚ ਵਿਚਰਦੇ ਹੋ ਵੀ ਕਿੱਧਰ ਹਵਾ ਵਾ ਇਸ ਟਾਈਮ ਹੈਗੀ ਆ? ਹਵਾ ਅਜੇ ਕੋਈ ਸਮਝ ਨਹੀਂ ਲੱਗ ਰਹੀ ਹੈ, ਜੇ ਕਰਦੇ ਕੁਛ ਆ। ਪਿਛਲੀ ਵਾਰ ਵੇਖੋ ਜਦੋਂ ਆਪ ਆਦਮੀ ਸਰਕਾਰ ਬਣੀ ਸੀ ਅਤੇ ਕਿਸੇ ਨੂੰ ਉਮੀਦ ਨਹੀਂ ਸੀ ਕਿ 92 ਸੀਟਾਂ ਆ ਜਾਣਗੀਆਂ, ਕਿਉਂਕਿ ਕਾਂਗਰਸ ਨੂੰ ਦੇ ਰਹੇ ਬਹੁਮਤ। ਇਸ ਕਰਕੇ ਕੋਈ
ਮਤਲਬ ਵੋਟਰ ਦਾ ਕਿਸੇ ਨੂੰ ਕੁਛ ਨਹੀਂ ਪਤਾ। ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਇਹ ਕਿ ਵੋਟਰ ਜਿਹੜੇ ਨੇ ਸਾਇਲੈਂਟ ਨੇ, ਵੋਟਰ ਨੇ ਆਪਣੀ ਮਰਜ਼ੀ ਕਰਨੀ ਆ, ਪਤਾ ਹੀ ਨਹੀਂ ਵੋਟਰਾਂ ਦੇ ਮਨਾਂ ਵਿੱਚ ਦਿਲਾਂ ਵਿੱਚ ਕੀ ਆ। ਹਰ ਇੱਕ ਨੂੰ ਵੈਲਕਮ ਕਰਦੇ ਨੇ ਜਿਹੜਾ ਵੀ ਲੀਡਰ ਆਉਂਦਾ ਵਾ, ਪਰ ਕਹਿੰਦੇ ਜਨਤਾ ਜਨਾਰਦਨ ਹੁੰਦੀ ਆ, ਜਨਤਾ ਦੇ ਜਿਹੜੇ ਕਚਹਿਰੀ 'ਚ ਪਹੁੰਚੇ ਆ, ਅਤੇ ਸਾਡੇ ਸਵਾਲ ਨਹੀਂ ਹੈ, ਇਹ ਸਵਾਲ ਲੋਕਾਂ ਦੇ ਨੇ ਜਿਹੜੇ ਕਿ ਐਮ ਪੀ ਬਣ ਗਏ ਉਹਨਾਂ ਦੇ ਸਵਾਲ ਅਸੀਂ ਲੈ ਕੇ ਆਏ ਹਾਂ। ਕਿਸ ਤਰ੍ਹਾਂ ਦੇ ਬਾਊ ਜੀ, ਸਰਕਾਰਾਂ ਦਾ ਕੀ ਮਾਹੌਲ ਆ, ਕੀ ਹਵਾ ਚੱਲ ਰਹੀ, ਕਿਹੜੀ ਸਰਕਾਰ? ਪੰਜਾਬ ਦੇ ਵਿੱਚ ਤੁਸੀਂ ਪਾਰਲੀਮੈਂਟ ਦੀ ਗੱਲ ਕਰਦੇ ਪਏ ਹੋ, ਇੱਥੇ ਔਜਲਾ ਸਾਹਿਬ ਦਾ ਚਾਂਸ ਹੈ ਮੇਰੇ ਹਿਸਾਬ ਨਾਲ। ਬਸ ਔਜਲਾ ਸਾਹਿਬ ਦੇ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਹੋ, ਦੋ ਵਾਰੀ ਸੰਸਦ ਬਣ ਚੁੱਕੇ ਆ, ਤੀਜੀ ਵਾਰੀ ਫਿਰ ਕੀ ਲੱਗਦਾ ਕਿ ਹੈਟ੍ਰਿਕ ਹੋ ਜੂ ਔਜਲਾ ਸਾਹਿਬ ਦੀ? ਕੰਮ ਕਰਨ ਵਾਲਾ ਬੰਦਾ ਉਹ ਉਹਨਾਂ ਨੂੰ ਵੋਟ ਪੈਣਗੇ। ਕੀ ਲੱਗਦਾ ਕਿੰਨੇ ਕੁ ਜਿਹੜੇ ਸਾਡੇ ਮੁੱਦੇ ਨੇ ਜਿਹੜੇ ਕਿ ਸਾਂਸਦ ਉਹਨਾਂ ਨੂੰ ਪਹੁੰਚਾਏ ਨੇ, ਕਿੰਨੇ ਕੁ ਮੁੱਦੇ ਸਾਡੀ ਜਿਹੜੀ ਆਵਾਜ਼ ਜਿਹੜੇ ਅੰਮ੍ਰਿਤਸਰ ਸਾਹਿਬ ਦੀ ਉੱਥੇ ਪਹੁੰਚੇ ਜਾਈਏ? ਇਹਦੇ ਬਾਰੇ ਤਾਂ ਮੈਂ ਨਹੀਂ ਕਹਿ ਸਕਦਾ, ਜਿੰਨਾ ਕੁ ਮੇਰਾ ਉਹਨਾਂ ਦੇ ਨਾਲ ਤਲਕ ਹੈ ਨਾ, ਅਤੇ ਮੈਂ ਤਾਂ ਉਹਨਾਂ ਦਾ ਹੀ ਹਮਾਇਤੀ ਹੈਗਾ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਹਰ ਕਿਸੇ ਦੀ ਰਾਏ, ਆਪਾਂ ਆਪਣੀ ਆ ਗੁਰੂ ਨਗਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਬੈਠੇ ਹਾਂ, ਅਤੇ ਅੰਮ੍ਰਿਤਸਰ ਦੇ ਕੰਪਨੀ ਬਾਗ ਜਿੱਥੇ ਕਿ ਲੋਕ ਸੈਰ ਕਰਨ ਵਾਸਤੇ ਆਉਂਦੇ ਨੇ, ਰੋਜ਼ਮਰ੍ਹਾ ਦੀ ਆਪਣੀ ਜ਼ਿੰਦਗੀ ਸਵਾਰਨ ਵਾਸਤੇ ਆਉਂਦੇ ਨੇ, ਇੱਥੇ ਹਰ ਤਰ੍ਹਾਂ ਦੇ ਲੋਕ ਨੇ, ਅਤੇ ਉਹ ਹਰ ਤਰ੍ਹਾਂ ਦੀ ਵੱਖ ਵੱਖ ਤਰ੍ਹਾਂ ਦੀ ਰਾਏ ਆ। ਹਾਂਜੀ ਬਾਊ ਜੀ, ਤੁਹਾਡਾ ਕੀ ਨਾਂ ਹੈ? ਮੇਰਾ ਨਾਮ ਭਾਰਤ ਭੂਸ਼ਣ ਜੀ। ਭਾਰਤ ਭੂਸ਼ਣ ਜੀ, ਕਿਸ ਤਰ੍ਹਾਂ ਦੇਖਦੇ ਹੋ ਲੋਕ ਸਭਾ ਇਲੈਕਸ਼ਨ ਆ, ਕਿਹੜੀ ਪਾਰਟੀ ਦੀ ਜ਼ਿਆਦਾ ਹਵਾ ਆ, ਕਿਹਦਾ ਜ਼ੋਰ ਜ਼ਿਆਦਾ ਲੱਗ ਰਿਹਾ? ਮੇਰਾ ਵਿਚਾਰ ਆਮ ਆਦਮੀ ਪਾਰਟੀ ਜਿਹੜੀ ਆ ਪੂਰੇ ਬਹੁਮਤ ਨਾਲ ਜਿੱਤੇਗੀ, ਯਾਨੀ ਕਿ 13 ਦੀਆਂ 13 ਸੀਟਾਂ ਉਹਨਾਂ ਨੂੰ ਆਉਣਗੇ, ਪੰਜਾਬ ਦੀਆਂ ਬਿਲਕੁਲ ਆਉਣਗੀਆਂ। ਲੋਕ ਲੱਗਦਾ ਵੀ ਤੁਹਾਨੂੰ ਆਮ ਆਦਮੀ ਪਾਰਟੀ ਹੀ ਆ ਸਕਦੀ ਆ, 13-13 ਲੈ ਸਕਦੀ ਆ, ਕੀ ਕਾਰਨ ਕੀ ਆ? ਨੇ ਇਹਨਾਂ ਨੂੰ ਮੌਕਾ ਦੇਣਾ ਜੀ, ਪਹਿਲਾਂ ਕਾਂਗਰਸ ਨੂੰ ਵੀ ਦੇ ਚੁੱਕੇ, ਅਕਾਲੀਆਂ ਨੂੰ ਵੀ ਦੇ ਚੁੱਕੇ, ਉਹ ਦੇ ਚੁੱਕੇ ਉਹਨਾਂ ਨੂੰ, ਅਤੇ ਲੇਕਿਨ ਹੁਣ ਐਤਕਾਂ ਇਹਨਾਂ ਨੂੰ ਵੀ ਮੌਕਾ ਦੇਣ ਦਾ ਉਹਨਾਂ ਦਾ ਚਾਂਸ ਹੈ, ਬਿਲਕੁਲ 100% ਚਾਂਸ ਮੇਰਾ ਖਿਆਲ ਤਾਂ ਹੋਈ ਹੈ। ਲੋਕਾਂ ਦੇ ਵਿੱਚ ਮਨਾਂ 'ਚ ਨਾਰਾਜ਼ੀ ਵੀ ਹੈਗੀ ਹੈ ਵੀ ਜੋ ਵਾਅਦੇ ਕਿਹਾ ਸੀ ਗਰੰਟੀਆਂ ਲੈ ਕੇ, ਗਰੰਟੀ ਹਜੇ ਤੱਕ ਪੂਰੀ ਨਹੀਂ ਹੋਈ ਆ, ਜਿਵੇਂ ਕਿਹਾ ਬੀਬੀਆਂ ਨੂੰ 1000 ਰੁਪਇਆ ਉਹ ਨਹੀਂ ਦਿੱਤਾ ਗਿਆ, ਕੀ ਲੱਗਦਾ ਵੀ ਇਹ ਜਿਹੜੇ ਵਿਚਾਰ ਲੋਕ ਫਿਰ ਮੌਕਾ ਦੇਣਗੇ? ਦੇਖੋ ਜੀ, ਉਹ ਟਾਈਮ ਲੱਗਦਾ, 1000 ਰੁਪਇਆ ਅਗਰ ਉਹਨਾਂ ਨੇ ਕਿਹਾ ਤਾਂ ਦੇਣਗੇ, ਜ਼ਰੂਰੀ ਨਹੀਂ ਵੀ ਜਿਸ ਵੇਲੇ ਕਿਹਾ ਤਾਂ ਉਸ ਵਕਤ ਹੀ ਦੇਣ, ਹੁਣ ਵੀ ਉਹ ਵਿੱਚ ਵਿੱਚ ਕਹਿ ਰਿਹਾ 1000 ਰੁਪਏ ਵੀ ਮਿਲੇਗਾ ਜਨਾਨੀਆਂ, ਉਹਨਾਂ ਸਰਕਾਰ ਦੀ ਮਜਬੂਰੀ ਹੁੰਦੀ ਹੈ ਨਾ, ਉਹ ਵੀ ਦੇਖਣੇ ਪੈਂਦਾ। ਕੀ ਲੱਗਦਾ ਨਹੀਂ ਜੇ ਮਜਬੂਰੀ ਹੈ ਫਿਰ ਆਪਾਂ ਜਨਤਾ ਨਾ ਵਾਅਦੇ ਕਰੀਏ, ਬੀਬੀਆਂ ਨਾ ਵਾ ਕਰੀਏ, ਕੀ ਲੱਗਦਾ ਨਹੀਂ ਇਹ ਚੀਜ਼ ਨਾਲ ਕਿਤੇ ਵੋਟਾਂ ਨੂੰ ਲੋਕ ਖਰੇ ਕਰ ਸਕਦੇ ਆ? ਕਰਨੇ ਪੈਂਦੇ ਆ ਜੀ ਵਾਅਦੇ, ਭਾਵੇਂ ਪੂਰੇ ਨਾ ਕਰੋ, ਕਰਨੇ ਪੈਂਦੇ ਲੋਕਾਂ ਨਾਲ। ਲੋਕਾਂ ਇਹ ਨਹੀਂ ਕਹਿ ਸਕਦੇ ਵੀ ਵਾਅਦੇ ਕਰੋ ਵੀ ਵਾਅਦੇ ਨਾ ਨਿਭਾਓ, ਇਹ ਨਹੀਂ ਜਨਤਾ ਨੂੰ ਕਹਿ ਸਕਦੇ, ਵੇਖੋ ਜਨਤਾ ਤੁਹਾਡੇ ਵਾਅਦਿਆਂ 'ਤੇ ਬੈਠੀ ਹੈ। ਵਾਅਦਿਆਂ 'ਤੇ ਬੈਠੀ, ਠੀਕ ਆ, ਬਿਲਕੁਲ ਵਾਅਦੇ ਕਰਦੇ ਨਾ, ਵਾਅਦੇ ਨਿਭਾਉਂਦੇ ਵੀ ਨਾ, ਸਾਰੇ ਵਾਅਦੇ ਨਿਭਾਉਣਾ 'ਚ ਕੋਈ ਜ਼ਰੂਰੀ ਨਹੀਂ ਕਿ ਪੂਰੇ ਨਿਭਾ ਲੈਣ ਨੂੰ। ਚਲੋ ਇੱਕ ਦੋ ਵਾਅਦੇ ਨਿਭਾ ਦਨ ਜਿਹੜੇ ਹੈਗੇ ਮੇਰੇ, ਉਹ ਨਿਭਾਉਣ ਡੇ ਨੇ, ਕਰਦੇ ਹੀ ਨੇ ਨਾ, ਸਰਕਾਰਾਂ ਕਰਦੀਆਂ ਹੀ ਆ, ਕਰਦੀਆਂ ਮੈਂ ਕਿਉਂ ਨਹੀਂ ਕਰਦੀਆਂ ਜੀ। ਬਹੁਤ ਧੰਨਵਾਦ ਜੀ। ਜਦੋਂ ਕੁਰਸੀ ਲੈਣੀ ਹੁੰਦੀ ਹੈ ਨਾ, ਇਹ ਝੂਠੇ ਵਾਅਦੇ ਕਰ ਕੁਰ ਕੇ ਕੁਰਸੀ ਦੇ ਕਹਿੰਦੇ ਬੈਠੋ ਸਹੀ ਇੱਕ ਰਾਂ ਭੈਣ, ਜੋ ਮੁੜ ਕੇ ਜੋ ਮਰਜ਼ੀ ਜਨਤਾ ਜੋ ਮਰਜ਼ੀ, ਮਤਲਬ ਇਹਨਾਂ ਦਾ ਮੇਨ ਮੋਦੀ ਨੇ ਵੀ ਕਿਹਾ ਮੈਂ 15-15 ਲੱਖ ਪੰਜਾਬ ਆਦਮੀ ਦਾਂਗਾ, ਅਤੇ ਉਹਨਾਂ ਕਿਹੜਾ ਪੈਸਾ, ਉਹਨਾਂ ਝੂਠਾ ਵਾਅਦਾ ਲਾਇਆ, ਕੁਰਸੀ ਮਿਲ ਗਈ ਬਸ, ਚੇਅਰ ਮਿਲ ਗਈ, ਮੁੜ ਕੇ ਨਜ਼ਾਰੇ ਲਓ 5 ਸਾਲ, ਅਤੇ ਜਨਤਾ ਨੂੰ ਬਣਾਓ ਬੇਵਕੂਫ। ਲੱਗਦਾ ਨਹੀਂ ਸੋਚਿਆ ਸੀ ਜੀ ਜਦੋਂ ਸਰਕਾਰਾਂ ਬਣੀਆਂ ਹੁੰਦੀਆਂ ਵਾ ਉਦੋਂ ਲੀਡਰ ਆ ਕੇ ਤੁਹਾਡੇ ਬੂਹੇ ਗੜੇ ਹੱਥ ਵੀ ਜੋੜਦੇ ਨੇ, ਤੁਹਾਡੀ ਗਾੜੀ ਤੁਹਾਡੇ ਘਰਾਂ ਰੋਟੀ ਤਾਂ ਖਾਂਦੇ ਨੇ, ਤੁਹਾਡੀ ਗਾੜੀ ਮਿੰਨਤਾਂ ਵੀ ਕਰਦੇ, ਪਰ ਜਦੋਂ ਬਣ ਜਾਂਦੇ ਨੇ ਫਿਰ ਗਾਇਬ ਹੋ ਜਾਂਦੇ ਨੇ। ਮੈਂ ਕਹਿੰਦਾ ਇਹ ਤਾਂ ਕੋਈ ਬਿਲਕੁਲ ਸੱਚ ਕਹਿ ਰਹੇ ਤੁਸੀਂ, ਵੇਖੋ ਜਦੋਂ ਇਹ ਤਾਂ ਮੁੜ ਕੇ ਗੇਟ ਦੇ ਨਾ ਜਾਓ ਨਾ ਤੁਸੀਂ, ਉਹ ਪੁਲਿਸ ਵਾਲੇ ਨਹੀਂ ਤੁਹਾਨੂੰ ਅੰਦਰ ਲੰਘਣ ਦਿੰਦੇ, ਮਤਲਬ ਇੰਨਾ ਵੋਟਰ ਦਾ ਇੰਨਾ ਬੁਰਾ ਹਾਲ ਹੋ ਜਾਂਦਾ, ਅਤੇ ਮੈਂ ਕਹਿਣ ਦੀਆਂ ਗੱਲਾਂ ਇਹ, ਮਤਲਬ ਮੈਂ ਤਾਂ ਕਹਿੰਦਾ ਇੱਥੇ ਵੋਟ ਸਿਸਟਮ ਖਤਮ ਕਰ ਦੇਣਾ ਚਾਹੀਦਾ ਜੋ ਹਾਲਾਤ ਆ। ਪਰ ਕੀ ਲੱਗਦਾ ਸੁੱਚਾ ਸਿੰਘ ਜੀ, ਇਹ ਕਿ ਵੋਟਰ ਸਿਆਣੇ ਹੋ ਗਏ ਨੇ, ਕਹਿੰਦੇ ਆ ਕਿ ਬੜੇ ਸਾਸੂਸ ਹਿਸਾਬ ਨਾਲ ਆਪਣੀ ਜਿਹੜੀ ਵੋਟ ਆ ਇਸਤੇਮਾਲ ਸਹੀ ਕਰਨਗੇ? ਨਹੀਂ ਕਰਨਗੇ ਜੀ, ਵੈਸੇ ਕਾਫੀ ਅੱਗੇ ਨੂੰ ਫਰਕ ਤਾਂ ਪੈ ਹੀ ਰਿਹਾ, ਮਤਲਬ ਵੋਟਰ ਦਾ ਨਾ ਹੁਣ ਸੋਚ ਸਮਝ ਕੇ, ਹੁਣ ਕਹਿੰਦੇ ਕੁਛ ਨਹੀਂ ਕਰਦੇ, ਕਿਸੇ ਕੋਈ ਨਹੀਂ ਦੱਸਦਾ, ਵੋਟਰ ਉਸ ਨਹੀਂ ਹੈ, ਕੋਈ ਨਵਾਂ ਸਿਆਣਾ ਨਹੀਂ ਹੋਇਆ, ਹੁਣ ਬੜਾ ਵੋਟਰ ਸਿਆਣਾ ਹੋ ਗਿਆ, ਵੋਟਰ ਚੁੱਪ ਹੈ ਜੀ, ਵੋਟਰ ਇਹ ਕੋਈ ਗੱਲਾਂ ਸ਼ੁਰੂ ਤੋਂ ਸੁਣਦੇ ਆਏ ਹਾਂ,
ਇਸ ਨੇ ਸੁਣਦੇ ਆ। ਤੁਸੀਂ ਸਿਆਣੇ ਹੋਏ ਜੇ ਤੁਸੀਂ ਸੋ ਤੁਸੀਂ ਵੋਟ ਪਾਉਣੀ ਆਪਣੀ ਵੋਟ ਸਹੀ ਇਸਤੇਮਾਲ ਕਰੋਗੇ? ਬਿਲ ਹਾਂਜੀ ਨਹੀਂ ਸਾਡੇ 'ਚ ਕੋਈ ਚੇਂਜ ਨਹੀਂ ਜੀ, ਜੋ ਪਹਿਲਾਂ ਸਾਡੀ ਵਿਚਾਰਧਾਰਾ ਜੀ ਉਹਦੇ ਮੁਤਾਬਕ ਹੀ ਆਖਾਂ ਵੋਟ ਪਾਉਣੀ ਫਿਰ ਜਿੱਥੇ ਮਰਜ਼ੀ ਪਾ ਦੀ। ਹਾਂ ਬਿਲਕੁਲ ਜੀ ਬਿਲਕੁਲ ਜੀ, ਬਹੁਤ ਧੰਨਵਾਦ ਜੀ। ਵੱਖ ਵੱਖ ਤਰ੍ਹਾਂ ਦੇ ਲੋਕਾਂ ਦੀ ਵੱਖ ਵੱਖ ਰਾਇ ਆ ਅਤੇ ਭਾਈ ਸਾਹਿਬ ਸਾਡੇ ਨਾਲ ਬੈਠੇ ਉਹਨਾਂ ਨੂੰ ਗੱਲਬਾਤ ਕਰਦੇ ਹਾਂ। ਸਿਆਸਤ ਵਿੱਚ ਵੀ ਇਹਨਾਂ ਦਾ ਕਾਫੀ ਕਹਿੰਦੇ ਪੈਂਡਵਾ ਵਾ, ਬੜੀ ਮਿਹਨਤ ਵੀ ਕਰ ਰਹੇ ਨੇ। ਹਾਂਜੀ ਸਰ, ਆਪਣਾ ਨਾਮ ਦੱਸ ਕੇ। ਭਾਰਤ ਭੂਸ਼ਣ ਸ਼ਰਮਾ ਜੀ। ਸ਼ਰਮਾ ਜੀ, ਕਿਸ ਤਰ੍ਹਾਂ ਦੇ ਦਿਓ ਐਸ ਪੀ ਹਵਾ ਕਿਹੜੇ ਪਾਸੇ ਦੀ ਆ, ਦਰਸ਼ਕਾਂ ਨੂੰ ਸਾਂਝਾ ਕਰ ਦਿਓ ਲੋਕਾਂ 'ਚ ਬੈਠੇ ਜਾਂ ਤੁਸੀਂ ਆ ਕੀ ਜਨਤਾ ਕਚਹਿਰੀ 'ਚ ਬੈਠੇ ਆ, ਕਿਹੜੇ ਪਾਸੇ ਹਵਾ ਜ਼ਿਆਦਾ ਚੱਲਦੀ? ਦੇਖੋ ਜੀ, ਹਵਾ ਦੀ ਗੱਲ ਕਰੀਏ ਤਾਂ ਮੈਂ ਸਮਝਦਾ ਪੰਜਾਬ ਦੇ ਵਿੱਚ ਨਾ ਅਕਾਲੀ ਦਲ ਦਾ ਨਾ BJP ਦਾ ਕੋਈ ਹਵਾ ਨਹੀਂ ਹੈਗੀ। ਇਹ ਪੰਜਾਬ ਦੇ ਵਿੱਚ ਆਪ ਅਤੇ ਕਾਂਗਰਸ ਦੀ ਟੱਕਰ ਹੈ ਜਿਹੜੀ ਕਿ ਮੇਰੇ ਮੁਤਾਬਕ ਹੋਣੀ ਨਹੀਂ ਸੀ ਚਾਹੀਦੀ। ਜਿਵੇਂ ਇੰਡੀ ਗਠਬੰਧਨ ਬਾਕੀ ਸੂਬਿਆਂ 'ਚ ਬਣਿਆ ਹੈ, ਮੇਰੇ ਵਿਚਾਰ ਨਾਲ ਉਹ ਗਠਬੰਧਨ ਇੱਥੇ ਵੀ ਹੋਣਾ ਚਾਹੀਦਾ ਸੀਗਾ। ਜੇ ਇੱਕ ਅੱਧੀ ਸੀਟ ਦੋ ਚਾਰ ਬਾਹਰ ਜਾ ਰਹੀਆਂ ਅਤੇ ਉਹ ਵੀ ਸਾਰੀਆਂ 13 ਦੀਆਂ 13 ਇੱਕੋ ਪਾਸੇ ਜਾਂਦੀਆਂ। ਇਸ ਵੇਲੇ ਮੈਂ ਸਮਝਦਾ ਹਾਂ ਕਿ ਤੁਸੀਂ 2013 ਦੇ ਵਿੱਚ, ਮੈਂ ਯੂਟਿਊਬ 'ਚ ਪੜ੍ਹਿਆ 2013 ਦੇ ਵਿੱਚ 50 ਲੱਖ ਕਰੋੜ ਰੁਪਈਆ ਹਿੰਦੁਸਤਾਨ ਦੇ ਉੱਤੇ ਕਰਜ਼ਾ ਸੀ, ਜਿਹੜਾ ਕਿ 2024 ਤੱਕ ਪਹੁੰਚਦਿਆਂ 2,05,00,000 ਕਰੋੜ ਰੁਪਈਆ ਪਹੁੰਚ ਗਿਆ। 150 ਕਰੋੜ ਰੁਪਈਆ 10 ਸਾਲਾਂ ਦੇ ਵਿੱਚ ਮੋਦੀ ਸਰਕਾਰ ਨੇ ਕਰਜ਼ਾ ਲਿਆ। ਫਿਰ ਰੇਲ, ਬੇਲ, ਹਵਾਈ ਅੱਡੇ, ਸਭ ਕੁਛ, BSNL ਸਭ ਕੁਛ ਵੇਚ ਕੇ ਉਹ ਪੈਸਾ ਵੀ ਗਿਆ। ਅਤੇ ਆਹ ਜਿਹੜਾ ਪੈਸਾ ਇਹਨਾਂ 150 ਲੱਖ ਕਰੋੜ ਰੁਪਈਆ 10 ਸਾਲਾਂ ਵਿੱਚ ਕਰਜ਼ਾ ਲਿਆ ਹੈ, ਉਹ ਕਿੱਥੇ ਗਿਆ? ਪਰ ਗੱਲ ਕਰੀਏ ਭਾਜਪਾ ਦੀ, ਉਹ ਕਹਿੰਦੇ ਨੇ ਕਿ 400 ਤੋਂ ਪਾਰ ਹੋਣੇ ਆ, ਕਹਿੰਦੇ ਐਤਕੀ ਵਾਰ ਮੋਦੀ ਸਰਕਾਰ ਆ। ਦੇਖੋ ਮੇਰੀ ਇਹ ਗੱਲ ਸੁਣੋ, ਥੋੜ੍ਹੀ ਜਿਹੀ ਕਮੀ ਹੈਗੀ, ਮੈਂ ਇਸ ਵਿੱਚ ਐਡਮਿਟ ਕਰਾਂਗਾ ਵੀ ਇੰਡੀ ਗਠਬੰਧਨ ਬਣਨਾ ਚਾਹੀਦਾ ਸੀ, ਜਿਹਦੇ ਸਭ ਤੋਂ ਪਹਿਲਾਂ ਨਿਤੀਸ਼ ਕੁਮਾਰ ਜੀ ਨੇ ਪਹਿਲ ਕੀਤੀ, ਉਹਨਾਂ ਨੇ ਇੰਡੀ ਗਠਬੰਧਨ ਬਣਾਉਣਾ ਚਾਹਿਆ, ਉਹ ਉਹਦੇ 'ਚ ਸਰਵੇ ਸਰਵਾ ਬਣਨਾ ਚਾਹੁੰਦੇ ਸਨ। ਜਦੋਂ ਇੰਡੀ ਗਠਬੰਧਨ ਦੀ ਪਹਿਲੀ ਮੀਟਿੰਗ ਹੋਈ, ਦੂਜੀ ਮੀਟਿੰਗ ਹੋਈ, ਉਹ ਉੱਥੇ ਆਏ ਤਾਂ ਜ਼ਰੂਰ, ਪਰ ਉਨੀ ਦੇਰ ਨੂੰ ਮੋਦੀ ਸਾਹਿਬ ਨੇ ਉਹਨਾਂ ਦੀ ਫਾਈਲਾਂ ਕੱਚੇ ਚਿੱਠੇ ਜਿਹੜੇ ਨੇ ਉਹ ਵਿਖਾ ਦਿੱਤੇ, ਉਹ ਵਾਪਸ ਯੂ ਟਰਨ ਲੈਂਦੇ ਹੋਏ ਫਿਰ ਮੋਦੀ ਗੋਲੀ ਜਾ ਕੇ ਮੋਦੀ ਦੀ ਝੋਲੀ 'ਚ ਹੀ ਪੈ ਗਏ। ਅੰਮ੍ਰਿਤਸਰ ਦੀ ਕਿਸ ਤਰ੍ਹਾਂ ਦੇ ਦਿਓ? ਅੰਮ੍ਰਿਤਸਰ ਦੀ ਲੋਕ ਸਭਾ ਸੀਟ ਨੂੰ ਦੇਖਦੇ, ਚਾਰੇ ਕੈਂਡੀਡੇਟ ਨੇ ਕਹਿੰਦੇ ਬੜੇ ਹੋਰ ਸੀਟ ਬਣੀ ਹੋਈ ਅੰਮ੍ਰਿਤਸਰ ਸਾਹਿਬ, ਕਿਸ ਤਰ੍ਹਾਂ ਦੇ ਦਿਓ? ਦੇਖੋ ਜੀ, ਮੇਰੇ ਹਿਸਾਬ ਨਾਲ ਨਾ ਅਕਾਲੀ ਦਲ ਦਾ ਕੋਈ ਭਵਿੱਖ ਆ, ਨਾ BJP ਦਾ ਕੋਈ ਭਵਿੱਖ ਆ। ਇਸ ਵੇਲੇ ਮੁਕਾਬਲਾ ਦੋ ਆਮ ਆਦਮੀ ਪਾਰਟੀ ਅਤੇ ਔਜਲਾ ਸਾਹਿਬ ਦਾ। ਔਜਲਾ ਸਾਹਿਬ ਨੂੰ ਕਿਸ ਤਰ੍ਹਾਂ ਦੇਖ ਦਿਓ? 2 ਸਾਲ ਕਹਿੰਦੇ ਪਹਿਲੇ ਵੀ ਇਹਨਾਂ ਨੇ ਕੰਮ ਕੀਤੇ ਨੇ, ਬੜੇ ਬਣੇ ਨੇ, ਕੀ ਕੀ ਦੇਖਦੇ ਉਹਨਾਂ ਦੇ ਕੰਮਾਂ ਕਰਾਂ? ਕਿਸ ਤਰ੍ਹਾਂ ਦੇਖੋ ਜੀ, ਰੇਲਵੇ ਦਾ ਸੁਧਾਰ ਕਰਨਾ, ਜਿਹੜੀ ਇੱਕ ਦਿੱਲੀ ਕਟਰਾ ਐਕਸਪ੍ਰੈਸ ਹਾਈਵੇ ਆ ਉਹ ਲੁਧਿਆਣੇ ਜਲੰਧਰ ਤੋਂ ਹੀ ਮੁੜ ਚੱਲੀ ਸੀਗੀ, ਉਹ ਔਜਲਾ ਸਾਹਿਬ ਨੇ ਜਾ ਕੇ ਮਿਨਿਸਟਰਾਂ ਨੂੰ ਮਿਲੇ, BJP ਦੇ ਮਿਨਿਸਟਰਾਂ ਨੂੰ ਮਿਨਿਸਟਰ, ਕਿਉਂਕਿ ਉਹਨਾਂ ਦੀ ਸਰਕਾਰ ਆ ਸੈਂਟਰ ਦੇ ਵਿੱਚ। ਉਹਨਾਂ ਨੇ ਅੰਮ੍ਰਿਤਸਰ ਤੋਂ ਲੇਨ ਕਢਵਾਈ, ਉਹ ਬੜਾ ਵੱਡੀ ਇੱਕ ਦੇਣ ਆ। ਅੱਜ ਸਰਕਲ ਰੋਡ ਬਣ ਰਿਹਾ, ਅੱਜ ਜਿਹੜੇ ਬਾਈਪਾਸ ਬਣ ਰਹੇ ਨੇ, ਇਹ ਔਜਲਾ ਸਾਹਿਬ ਦੀ ਦੇਣ ਨੇ। ਉਹਨਾਂ ਨੇ ਅੱਜ ਪੰਜਾਬ ਦੇ ਵਾਸਤੇ, ਖਾਸ ਕਰਕੇ ਅੰਮ੍ਰਿਤਸਰ ਵਾਸਤੇ ਬਹੁਤ ਕੰਮ ਕੀਤਾ। ਕਿਸਾਨਾਂ ਦੇ ਮੁੱਦੇ ਦੇ ਉੱਤੇ ਉਹਨਾਂ ਦੋ ਮਹੀਨੇ ਮੇਰੇ ਖਿਆਲ ਜੰਤਰ ਮੰਤਰ 'ਤੇ ਧਰਨਾ ਲਾਈ ਰੱਖਿਆ, ਜਿਹੜਾ ਕਿ ਮੈਂ ਕਹਿੰਦਾ ਬਹੁਤ ਵੱਡੀ ਗੱਲ ਸੀਗੀ। ਫਿਰ ਅਸੈਂਬਲੀ ਹਾਲ ਦੇ ਵਿੱਚ ਕੁਛ ਖਰੂਦ ਕਰਨ ਵਾਲੇ ਬੰਬ ਲੈ ਕੇ ਵੜ ਗਏ, ਔਜਲਾ ਸਾਹਿਬ ਨੇ ਉੱਥੇ ਆਪ ਉਸ ਬੰਦੇ ਨੂੰ ਫੜ ਕੇ ਜਿਹੜਾ ਬੰਬ ਖੋਇਆ। ਕੀ ਲੱਗਦਾ ਵੀ ਹੈਟ੍ਰਿਕ ਹੋ ਜੂਗੀ ਆ ਕਿ ਤੀਸਰੀ ਵਾਰ ਫਿਰ ਬਣ ਜਾਣਗੇ? ਬਿਲਕੁਲ, ਮੇਰੇ ਹਿਸਾਬ ਨਾਲ ਤਾਂ ਹੈਟ੍ਰਿਕ ਹੋਣੀ ਚਾਹੀਦੀ ਆ,
ਕਾਰਨ ਹੈ ਇਹਦਾ। ਔਜਲਾ ਸਾਹਿਬ ਇੱਕ ਬਹੁਤ ਸ਼ਰੀਫ ਆਦਮੀ ਨੇ, ਇਹ ਨਹੀਂ ਬਾਕੀ ਕੋਈ ਜਿਹੜੇ ਉਮੀਦਵਾਰ ਨੇ ਕੋਈ ਮਾੜੇ ਨੇ ਜਾਂ ਚੰਗੇ ਨੇ, ਸਾਰੇ ਉਮੀਦਵਾਰ ਚੰਗੇ ਹੀ ਹੁੰਦੇ ਆ। ਪਾਰਟੀਆਂ ਉਹਨਾਂ ਨੂੰ ਤਦ ਹੀ ਟਿਕਟ ਦਿੰਦੀਆਂ ਨੇ, ਨਹੀਂ ਤਾਂ ਟਿਕਟ ਐਵੇਂ ਨਹੀਂ ਦਿੰਦੀਆਂ। ਹੁਣ ਕੋਈ ਬਦਮਾਸ਼ ਹੋਊਗਾ ਉਹਨੂੰ ਥੋੜ੍ਹਾ ਟਿਕਟ ਦੇ ਦੇਣੀ ਕਿਸੇ ਨੇ। ਤਰਨਜੀਤ ਸੰਧੂ ਜੀ ਨੇ ਬਹੁਤ ਪੜ੍ਹੇ ਲਿਖੇ ਨੇ, ਅੰਬੈਸਡਰ ਰਹੇ ਨੇ ਅਮੈਰੀਕਾ ਤੱਕ, ਸਾਡੇ ਹਿੰਦੁਸਤਾਨ ਦੇ ਅੰਬੈਸਡਰ ਰਹੇ ਨੇ। ਜੋਸ਼ੀ ਸਾਹਿਬ ਨੇ ਉਹਨਾਂ ਕੰਮ ਕੀਤਾ, ਐਸੀ ਗੱਲ ਨਹੀਂ, ਪਰ ਉਹਨਾਂ ਗਲਤ ਪਾਰਟੀ ਦਾ ਪੱਲਾ ਫੜ ਲਿਆ, ਅਕਾਲੀ ਦਲ ਦਾ ਜਾਂ ਬੀਜੇਪੀ ਦਾ। ਮੈਂ ਨਹੀਂ ਸਮਝਦਾ ਵੀ ਇੱਥੇ ਪੰਜਾਬ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਭਵਿੱਖ ਹੈਗਾ। ਲੱਗਦਾ ਵੀ ਕਾਂਗਰਸ ਪਾਰਟੀ ਸਹੀ ਪਾਰਟੀ ਹੈ। ਦੇਖੋ ਜੀ, ਕਾਂਗਰਸ ਨੇ ਜੋ ਦੇਸ਼ ਨੂੰ ਦਿੱਤਾ, ਜੋ 17 ਸਾਲਾਂ 60 ਸਾਲ ਜਿੰਨੇ ਸਿਰ ਵੀ ਕਾਂਗਰਸ ਸੱਤਾ 'ਚ ਰਹੀ ਆ, ਜੋ 60 ਸਾਲ 'ਚ ਇਹਦੇ ਵਿੱਚ ਬਣਾਇਆ ਸੀ, ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ, LIC, ਰੇਲ, ਵੇਲ, ਹਵਾਈ ਅੱਡੇ, ਸਭ ਕੁਝ ਜਿਹੜਾ ਮੋਦੀ ਸਾਹਿਬ ਨੇ ਵੇਚ ਕੇ, ਫਿਰ ਉਦੋਂ 10 ਸਾਲਾਂ ਦੇ ਵਿੱਚ 150 ਲੱਖ ਕਰੋੜ ਰੁਪਈਆ ਹਿੰਦੁਸਤਾਨ ਦੇ ਉੱਤੇ ਕਰਜ਼ਾ ਪੈ ਗਿਆ। ਉਹ ਕਿਉਂ ਪਿਆ? ਉਹਦਾ ਸਾਰਾ ਵਿਆਜ ਜਿਹੜਾ ਉਹ ਹਿੰਦੁਸਤਾਨ ਦੀ ਜਨਤਾ ਦੀ ਜੇਬਾਂ 'ਚੋਂ ਨਿਕਲਣਾ, ਉਹ ਹਿੰਦੁਸਤਾਨ ਦੀ ਜਨਤਾ ਅੱਜ ਵੀ ਪੇ ਕਰ ਰਹੀ ਆ, ਅਤੇ ਕੱਲ੍ਹ ਵੀ ਉਹਦਾ ਭਵਿੱਖ ਜਿਹੜਾ ਬੜਾ ਮਾੜਾ ਹੋਏਗਾ। ਮੈਂ ਸਮਝਦਾ ਦੁਆਰਾ ਬਣ ਗਏ ਮੋਦੀ ਸਾਹਿਬ ਕਿਤੇ, ਅਤੇ ਉਹਦਾ ਬੜਾ ਹੀ ਹਿੰਦੁਸਤਾਨ ਦਾ ਭਵਿੱਖ ਮਾੜਾ ਹੋਏਗਾ। ਬਾਕੀ ਕਹਿਣ ਵਾਲੇ ਤਾਂ ਜੋ ਮਰਜ਼ੀ ਕਹਿਣ ਜਾਂ ਨਾ ਕਹਿਣ, ਵਿਊ ਵਿਚਾਰ ਆਪੋ ਆਪਣੇ ਹੁੰਦੇ ਨੇ। ਮੇਰੇ ਵਿਚਾਰ ਮੁਤਾਬਕ ਜਿਹੜਾ ਮੋਦੀ ਸਾਹਿਬ ਨੂੰ ਚੱਲਦਾ ਕਰਨਾ ਚਾਹੀਦਾ, ਅਭੀ ਨਹੀਂ ਤੋ ਕਭੀ ਨਹੀਂ। ਹੁਣ ਮੋਦੀ ਨੂੰ ਜਾਣ ਦਾ ਵੇਲਾ, ਝੋਲਾ ਚੁੱਕ ਕੇ ਉਹਨਾਂ ਨੂੰ ਤੋਰ ਦੇਣਾ ਚਾਹੀਦਾ, ਨਹੀਂ ਤਾਂ ਤੁਹਾਡੇ ਝੋਲੇ ਜਿਹੜੇ ਬੰਨ ਕੇ ਉਹਨਾਂ ਨੇ ਤੁਹਾਨੂੰ ਤੋਰ ਦੇਣਾ ਜੇ ਕਿਤੇ, ਹਿੰਦੁਸਤਾਨ ਦੀ ਜਨਤਾ ਨੂੰ। ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਵੀ ਅੱਜ ਸ਼੍ਰੀ ਗੁਰੂ ਅੰਮ੍ਰਿਤਸਰ ਸਾਹਿਬ ਦੀ ਨਗਰੀ ਗੁਰੂ ਰਾਮਦਾਸ ਨਗਰ 'ਚ ਬੈਠੇ ਹਾਂ, ਅਤੇ ਅੰਮ੍ਰਿਤਸਰ ਸਾਹਿਬ ਦੇ ਲੋਕਾਂ ਨਾਲ ਗੱਲਬਾਤ ਕੀਤੀ ਆ, ਅਤੇ ਵੱਖ ਵੱਖ ਤਰ੍ਹਾਂ ਦੇ ਲੋਕਾਂ ਦੇ ਵੱਖ ਵੱਖ ਆਪਣੇ ਆਪਣੇ ਰਾਏ ਆ। ਇਹ ਤਾਂ ਹੁਣ ਸਮਾਂ ਦੱਸੇਗਾ ਵੀ ਲੋਕ ਸਭਾ ਦੇ ਇਲੈਕਸ਼ਨ ਵਿੱਚ ਕੌਣ ਬਾਜੀ ਮਾਰੇਗਾ, ਅਤੇ ਕਿਸਦੇ ਸਿਰ 'ਤੇ ਜਿਹੜਾ ਕਿ MP ਦਾ ਤਾਜ ਸਜੇਗਾ। ਮੈਨੂੰ ਦਿਓ ਇਜਾਜ਼ਤ, ਮੈਂ ਤੁਹਾਡਾ ਆਪਣਾ ਹਰਜੀਤ ਸਿੰਘ ਗਰੇਵਾਲ ਅੰਮ੍ਰਿਤਸਰ ਤੋਂ।